ਬਠਿੰਡਾ ਤੋਂ ਲੁਧਿਆਣਾ ਜਾ ਰਹੀ ਇੱਕ PRTC ਬੱਸ ਦੇ ਵਿੱਚ ਝਗੜਾ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ PRTC ਬੱਸ ਦੇ ਡਰਾਈਵਰ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਬੱਸ ਦੇ ਵਿੱਚ ਮੌਜੂਦ ਇੱਕ ਔਰਤ ਨੇ ਉਸ ਦੇ ਥੱਪੜ ਮਾਰਿਆ। ਉਹ ਔਰਤ ਬਹਿਸ ਕਰ ਰਹੀ ਸੀ ਪਹਿਲਾਂ ਕੰਡਕਟਰ ਦੇ ਨਾਲ, ਤਾਂ ਜਦੋਂ ਡਰਾਈਵਰ ਨੇ ਉਸ ਨੂੰ ਸਮਝਾਉਣਾ ਚਾਹਿਆ ਤਾਂ ਉਸ ਔਰਤ ਨੇ ਡਰਾਈਵਰ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਕਿ ਹੁਣ PRTC ਮੁਲਾਜ਼ਮਾਂ ਦੇ ਵੱਲੋਂ ਰੋਡ ਜਾਮ ਕਰ ਦਿੱਤੀ ਗਈ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਨਾਲ ਹੀ ਇਸ ਮੌਕੇ 'ਤੇ ਡਰਾਈਵਰ ਨੇ ਇਹ ਗੱਲ ਆਖੀ ਹੈ ਕਿ ਆਧਾਰ ਕਾਰਡ ਵਾਲਾ ਸਿਸਟਮ ਜਦੋਂ ਤੋਂ ਸ਼ੁਰੂ ਹੋਇਆ ਔਰਤਾਂ ਸਾਡੇ ਨਾਲ ਲੜ ਰਹੀਆਂ ਨੇ, ਸਾਡੇ ਨਾਲ ਬਦਸਲੂਕੀ ਕਰ ਰਹੀਆਂ ਨੇ, ਬਹਿਸਬਾਜ਼ੀ ਹੁੰਦੀ ਹੈ, ਜਿਸ ਤੋਂ ਬਾਅਦ ਅਜਿਹੇ ਜਿਹੜੇ ਮਾਮਲੇ ਨੇ ਉਹ ਸਾਹਮਣੇ ਆ ਜਾਂਦੇ ਨੇ। ਹੁਣ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜਾ ਇਹ ਸਿਸਟਮ ਹੈ ਬੰਦ ਕਰ ਦਿੱਤਾ ਜਾਣਾ ਚਾਹੀਦਾ। ਦੱਸ ਦਈਏ ਕਿ ਹੋਰ ਵੀ ਇਹ ਤੋਂ ਪਹਿਲਾਂ ਕਈ ਵੀਡੀਓ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਔਰਤਾਂ ਝਗੜੇ ਕਰਦੀਆਂ, ਹੱਥੋਂ ਪਾਈ ਕਰਦੀਆਂ ਦਿਖਾਈ ਦੇ ਰਹੀਆਂ ਨੇ ਅਤੇ ਉਹਨਾਂ ਦੇ ਉਸ ਰਿਪੀਟ ਅਤੇ ਉਸ ਸਮੇਂ ਦੇ ਉੱਤੇ ਵੀ PRTC ਮੁਲਾਜ਼ਮਾਂ ਦੇ ਵੱਲੋਂ ਇਹ ਸਿਸਟਮ ਹੈ ਜਿਹੜਾ ਉਹ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਆ। ਆਓ ਸੁਣਾਉਂਦੇ ਹਾਂ ਕੀ ਕਹਿਣਾ ਇਸ ਬੱਸ ਡਰਾਈਵਰ ਦਾ ਅਤੇ ਰੋਡ ਜਾਮ ਹੋ ਜਾਣ ਕਾਰਨ ਦਿੱਕਤਾਂ ਪੇਸ਼ ਆ ਰਹੀਆਂ ਸਵਾਰੀਆਂ ਦਾ। ਕੀ ਨਾਮ ਹੈ ਔਰ ਕਿਹੜੀ ਡਿਪੂ ਦੀ ਗੱਡੀ ਹੈ ਤੇ ਕੀ ਮਾਮਲਾ ਸੀਗਾ? ਬਾਈ ਜੀ, ਮੇਰਾ ਨਾਮ ਹਰਜੀਤ ਸਿੰਘ ਹੈ ਜੀ। ਲੁਧਿਆਣਾ ਡਿਪੂ ਦੀ ਗੱਡੀ ਹੈਗੀ। ਅਸੀਂ ਬਠਿੰਡੇ ਚੱਲ ਕੇ ਲੁਧਿਆਣੇ ਜਾਣਾ ਸੀਗਾ। ਸਾਡੇ ਕੋਲ 2-2 ਮਿੰਟ ਹੁੰਦੇ ਨੇ, ਜਿਨ੍ਹਾਂ ਵਿੱਚ ਅਸੀਂ ਆਪਦਾ ਟਾਈਮ ਵੀ ਕਵਰ ਕਰਨਾ, ਸਵਾਰੀ ਨੂੰ ਵੀ ਲਾਉਣਾ ਗਾ। ਇਹ ਸਾਡੇ ਨਾਲ ਲੇਡੀ ਸਵਾਰੀ ਚੜ੍ਹੀ ਹੈਗੀ, ਉਹ ਸਾਡੇ ਨਾਲ ਪਹਿਲਾਂ ਤਾਂ ਮੇਰੇ ਕਨੈਕਟਰ ਨਾਲ ਮਿਸਬਿਹੇਵ ਕਰ ਰਹੀ ਸੀਗੀ। ਉਸ ਤੋਂ ਬਾਅਦ ਮੈਂ ਉਸ ਗੱਡੀ ਰੋਕ ਕੇ ਉਹਨਾਂ ਨੂੰ ਸਮਝਾਉਣ ਲਈ ਚਲਾ ਗਿਆ ਅਤੇ ਉਹਨਾਂ ਨੇ ਮੇਰੇ ਆਣ ਕੇ ਥੱਪੜ ਮਾਰਿਆ ਗਾ। ਬਾਈ ਜੀ, ਹਰੇਕ ਬੰਦਾ ਸਾਡੇ ਨਾਲ ਮਿਸਬਿਹੇਵ ਕਰਦਾ ਸੀ, ਕਰੀਏ ਕੀ ਤੁਸੀਂ ਦੱਸੋ? ਅੱਗੇ ਕਿੱਥੋਂ ਚੜ੍ਹੀ ਸੀ ਸਵਾਰੀ? ਬਠਿੰਡੇ ਤੋਂ ਚੜ੍ਹੀ ਹੈ ਜੀ। ਮਾਰਕੀਟ ਉਤਰਨਾ ਸੀਗਾ, ਅਸੀਂ ਉਹਨਾਂ ਨੂੰ ਲਾਉਣ ਵਾਸਤੇ ਕਿਹਾ, ਸਵਾਰੀ ਹੋਰ ਖੜ੍ਹੀ ਸੀਗੇ, ਬਜ਼ੁਰਗ ਸੀਗੇ ਮਾਤਾ ਜੀ, ਉਹਨਾਂ ਨੂੰ ਅਸੀਂ ਕਿਹਾ ਬਾਈ ਜੀ ਥੋੜ੍ਹਾ ਅੱਗੇ ਹੋ ਜਾਓ। ਉਹਨਾਂ ਨੇ ਅੱਗੇ ਹੋਣ ਪਿੱਛੇ ਪਹਿਲਾਂ ਤਾਂ ਕਨੈਕਟਰ ਨੇ ਮਿਸਬਿਹੇਵ ਕੀਤਾ, ਫਿਰ ਮੇਰੇ ਨਾਲ ਲੱਗੇ। ਮੈਂ ਚਲੋ ਕੋਈ ਨਹੀਂ ਮਾਤਾ ਜੀ, ਤੁਸੀਂ ਥੋੜ੍ਹਾ ਜਿਹਾ ਅੱਗੇ ਹੋ ਕੇ ਗੱਲ ਕਰੋ ਵੀ ਆਪਾਂ ਹੋਰ ਵੀ ਸਵਾਰੀ ਕਵਰ ਕਰਨੀ ਆ, ਹੋਰ ਵੀ ਲੈ ਕੇ ਜਾਣੇ ਹੈਗੇ। ਜਦ ਉਹਨਾਂ ਨੂੰ ਮੈਂ ਇਹ ਗੱਲ ਕਹੀ, ਉਹਨਾਂ ਨੇ ਮੇਰੇ ਗੱਲ ਪੈ ਗਏ। ਮੈਂ ਉਹਨਾਂ ਨੂੰ ਕਿਹਾ ਮੈਂ ਤੁਸੀਂ ਹਿਸਾਬ ਨਾਲ ਗੱਲ ਕਰੋ। ਜਦ ਇੰਨੀ ਗੱਲ ਕਹੀ, ਉਹਨਾਂ ਨੇ ਮੇਰੇ ਥੱਪੜ ਮਾਰਿਆ, ਉਹ ਕਹਿੰਦੇ ਸੀ ਗੌਰਮੈਂਟ ਟੀਚਰ ਹੈਗੇ, ਇਹ ਗੱਲ ਦੀ ਧਮਕੀ ਦੇ ਕੇ ਗਏ ਨੇ। ਕਹਿੰਦੇ ਸੀ ਆਪਦੇ ਘਰਦਿਆਂ ਨੂੰ ਅਤੇ ਆਪਦੇ ਜਿਹੜੇ ਨਾਲ ਦੇ ਸਕੀ ਸਮਾਂ ਉਹਨਾਂ ਨੂੰ ਸੱਦ ਕੇ ਤੁਹਾਡੇ ਨਾਲ ਗੱਲ ਕਰਾਂਗੇ। ਬਾਈ ਜੀ, ਅਸੀਂ ਮੰਗ ਇਹ ਕਰਦੇ ਹਾਂ ਵੀ ਸਾਡਾ ਆਧਾਰ ਕਾਰਡ ਜਿਹੜਾ ਸਿਸਟਮ ਹੈ ਇਹ ਬੰਦ ਕਰਾਇਆ ਜਾਵੇ। ਇਹਨਾਂ ਤੋਂ ਅਸੀਂ ਬਹੁਤ ਪਰੇਸ਼ਾਨ ਹਾਂ, ਅਸੀਂ ਬਹੁਤ ਤੰਗ ਹਾਂ, ਕਿਉਂਕਿ ਲੇਡੀ ਸਵਾਰੀ ਹਰੇਕ ਸਾਡੇ ਨਾਲ ਮਿਸਬਿਹੇਵ ਕਰ ਰਹੀ ਆ, ਜਿਹਦੇ 'ਚ ਸਾਨੂੰ ਆਪ ਦਾ ਜਾਣ ਤੋਂ ਵੀ ਖਤਰਾ ਹੈਗਾ। ਇਹ ਸਾਨੂੰ ਮਾਰਨ ਦੀਆਂ ਕਸਰ ਨਹੀਂ ਛੱਡਦੀਆਂ। ਜੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਪਿਛਲੀ ਗੱਡੀ 'ਤੇ ਆ ਜਾਓ, ਤਾਂ ਇਹ ਭੱਜ ਭੱਜ ਕੇ ਬੱਸਾਂ 'ਤੇ ਚੜ੍ਹਦੇ ਨੇ। ਜੇ ਕੋਈ ਗਿਰ ਜਾਂਦੀ ਆ ਤਾਂ ਸਾਰਾ ਬਲੇਮ ਡਰਾਈਵਰ ਅਤੇ ਕਨੈਕਟਰ 'ਤੇ ਹੁੰਦਾ ਵਾ। ਹੁਣ ਇੱਥੇ ਤੁਸੀਂ ਜਾਮ ਲਾਇਆ? ਬਾਈ ਜੀ, ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ। ਜਿਹੜੀ ਲੇਡੀਜ਼ ਨੇ ਮੇਰੇ ਥੱਪੜ ਮਾਰਿਆਗਾ, ਮੈਂ ਇਹਨਾਂ ਤੋਂ ਬਣਦੀ ਕਾਰਵਾਈ ਕੀਤੀ ਜਾਵੇ। ਹਾਂਜੀ ਬਾਈ, ਕੀ ਨਾਮ ਹੈ ਔਰ ਕਿੱਥੋਂ ਚੱਲੇ ਸੀ, ਕਿੱਧਰ ਜਾ ਰਹੇ ਸੀ ਅਤੇ ਕੀ ਮਾਮਲਾ ਹੈ? ਮੈਂ ਬਠਿੰਡੇ ਚੱਲਿਆ ਜੀ 6 ਵਜੇ। ਮੈਂ ਆਪਣੀ ਕੰਪਨੀ ਦੇ ਕੰਮ ਚੱਲਿਆ ਜੀ ਬਠਿੰਡੇ। ਬਠਿੰਡੇ ਤੋਂ ਮੈਂ ਅਪ ਡਾਊਨ ਕਰਨਾ ਜੀ, ਲੁਧਿਆਣੇ ਵਾਪਸ ਜਾਣਾ। ਉੱਥੇ ਮੈਨੂੰ ਟਾਈਮ ਲੱਗਣਾ, ਬਹੁਤ ਪਰੇਸ਼ਾਨੀ ਹੋ ਰਹੀ ਆ ਜੀ ਜਾਣ ਦੇ ਵਿੱਚ। ਸਾਨੂੰ ਕਸੂਰ ਕਿਸੇ ਦਾ ਹੋਵੇ, ਪਬਲਿਕ ਦਾ ਕੀ ਦੋਸ਼ ਹੈ ਜੀ, ਦੱਸੋ ਮੈਨੂੰ ਕੀ ਮੰਗ ਕੀ ਕਰਦੇ ਹੋ? ਮੰਗ ਤਾਂ ਇਹੀ ਕਰਦੇ ਜੀ, ਸਾਨੂੰ ਜਾਣ ਦਿੱਤਾ ਜਾਵੇ।